ਜਿਲ੍ਹੇ ਆਪਾਂ ਆਉਂਦੇ ਹਾਂ ਨਾ, ਸਾਡੀ ਆਪਣੀ ਗੱਲ ਹੀ ਕਰਦਾ ਵੀ ਆਰਥਿਕ ਕੰਡੀਸ਼ਨ ਇੱਦਾਂ ਦੀ ਸੀ। ਔਰ ਉਸ ਵੇਲੇ ਗਾਣਾ ਵੀ ਬੜਾ ਵਧੀਆ ਗਾਉਂਦਾ ਹੁੰਦਾ, ਜਿੱਥੋਂ ਮਰਜ਼ੀ ਬੰਗਾ ਚੜਵਾ ਲਏ ਮਿੱਤਰਾਂ ਦਾ ਨਾਂ ਚੱਲਦਾ, ਆਪਾਂ ਉਹਨੂੰ ਗਾਉਂਦੇ ਹਾਂ ਜਿੱਥੋਂ ਮਰਜ਼ੀ ਬੰਗਾ ਚੜਵਾ ਲਏ ਮਿੱਤਰਾਂ ਦਾ ਧਾਰ ਚੱਲਦਾ, ਜਿੱਥੋਂ ਮਰਜ਼ੀ ਚੜਵਾ ਲਓ ਧਾਰ ਚੱਲਦਾ ਹੀ ਆ। ਪਰ ਜਿੱਦਾਂ ਇਹਦੇ ਵਿੱਚ ਰੋਇਲਟੀ ਆਈ ਸੀ ਨਾ ਗਾਣਾ ਬੋਲ, ਪੈਸਾ ਪੈਸਾ ਕਰਤੀ ਹੈ, ਮੈਨੂੰ ਪੂਰਾ ਯਾਦ ਨਹੀਂ ਆ ਰਿਹਾ, ਪੈਸੇ ਦੇ ਕੇ ਮਰਦੀ ਹੈ, ਪੈਸੇ ਦੀ ਲਾਜ ਉਡੇ, ਮਤਲਬ ਜ਼ਿੰਦਗੀ ਦਾ ਜਿੰਨਾ ਦਾ ਡ੍ਰੀਮ ਹੈਗਾ ਉਹ ਰੋਇਲਟੀ ਦੇ ਆਮ ਕੇ ਪੂਰਾ ਹੁੰਦਾ ਆ ਸਾਰੇ, ਮੈਂ ਦੇਖ ਚੁੱਕਿਆ। ਪੈਸੇ ਵਾਸਤੇ ਰੋਇਲਟੀ ਜਿਹੜੇ ਆਉਂਦੇ ਆ, ਜਿੰਨੇ ਕਿ ਰੋਇਲਟੀ ਨਹੀਂ ਆਉਂਦੀ, ਸਾਨੂੰ ਇਹ ਹੁੰਦਾ ਵੀ ਆਪਾਂ ਕੰਮ ਕਰ ਰਹੇ ਹਾਂ ਕਿਸੇ ਤਰ੍ਹਾਂ ਪੈਸਾ ਆਵੇ, ਇੱਦਾਂ ਹੀ ਆ ਜੀ। ਜੋ ਉਹ ਚੀਜ਼ ਹੋ ਜਾਂਦੀ ਆ ਵੀ ਜਿੱਦਾਂ ਆਪਾਂ ਬੱਚੇ ਨੂੰ ਸਕੂਲ ਨਹੀਂ ਪਾ ਦਿੰਦੇ ਵੀ ਅੱਜ ਹੀ ਕਮਾਉਣਾ ਮਾਰੇ, ਹਾਂਜੀ ਬੱਚੇ ਨੂੰ ਸਕੂਲ ਸਰ ਆਪਾਂ ਐਡਮਿਸ਼ਨ ਕਰਵਾ ਦਈਏ ਕਿ ਅੱਜ ਹੀ ਕਮਾਉਣਾ ਕਮਾਲੇਗਾ ਜੀ, ਨਹੀਂ ਜੇ ਇੱਕੋ ਕਲਾਸ 'ਚ ਬੈਠਾ ਰਹੇ ਢੀਠ ਹੋ ਕੇ ਮੈਂ ਨਹੀਂ ਪਾਸ ਹੋਣਾ, ਫਿਰ ਕਮਾਲੇਗਾ ਸਰ, ਇੱਕੋ ਕਲਾਸ 'ਚ ਬਹਿ ਕੇ ਨਹੀਂ ਜਿਹਨੂੰ ਮਰਜ਼ੀ ਕਰ ਲਓ ਮੈਂ ਨਹੀਂ ਪਾਸ ਹੋਣਾ, ਮੈਂ ਨਵਾਂ ਨੂੰ ਹੈ ਆਸ ਇਨਕਮ ਦੀ, ਬੱਚੇ ਨੂੰ ਨੌਕਰੀ ਮਿਲੂ ਜਾਂ ਕੋਈ ਬਿਜ਼ਨਸ ਵਿੱਚ ਵਧੀਆ ਚੱਲੂ, ਕੀ ਕਰਨਾ ਕੁਛ ਸਟੈਪ ਬਾਏ ਸਟੈਪ ਚੱਲਣਾ ਪਊ, ਚੇਂਜ ਕਰਨਾ ਪਊ ਆਪਣੇ ਆਪ। ਤਾਂ ਸੇਮ ਸਾਰੀਆਂ ਚੀਜ਼ਾਂ ਆਸਣ ਦੇ ਵਿੱਚ, ਉਹ ਸਟੈਪ ਬਾਏ ਸਟੈਪ ਆਪਾਂ ਕਿੱਦਾਂ ਚੱਲਣਾ, ਸਾਡੇ ਵਿੱਚ ਕਿਹੜੀ ਚੇਂਜ ਆਉਣੀ ਚਾਹੀਦੀ ਹੈ, ਕਿਸ ਸਮੇਂ ਆਉਣੀ ਚਾਹੀਦੀ ਹੈ, ਕਿੱਦਾਂ ਲਿਆਉਣੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜਿਹੜੇ ਆਪਾਂ ਕਰਦੇ ਹਾਂ, ਉਹ ਜਿਹੜੇ ਬੱਚਾ ਨੌਕਰੀ 'ਤੇ ਲੱਗ ਜਾਂਦਾ ਫਿਰ ਟੈਨਸ਼ਨ ਫਰੀ ਹੋ ਜਾਂਦਾ, ਪਰ ਉੱਥੇ ਫਿਰ ਟੈਨਸ਼ਨ ਆਉਂਦੀ ਆਪਣੇ ਵਿੱਚ ਸਰਕਾਰੀ ਮੁਲਾਜ਼ਮ ਅੱਜ ਸਰ ਟੈਨਸ਼ਨ ਹੈ ਕਿ ਨਹੀਂ, ਹਾਂਜੀ ਸਰ ਬਹੁਤ ਜ਼ਿਆਦਾ ਜੀ, ਪਤਾ ਕਰ ਗਿਆ ਰਿਟਾਇਰਮੈਂਟ ਆਉਣੇ ਹੋਏ ਲੈ ਰੱਖ, ਜਿਹੜੇ ਆ ਗਏ ਉਹਨਾਂ ਨੂੰ ਪੁੱਛ ਕੇ ਦੇਖ ਲਓ, ਜਦਨ ਜੋਬ ਦੇ ਆ ਇਨਕਮ ਬੜੀ ਵਧੀਆ, ਜਿੱਦਣ ਆ ਜਾਣਾ ਹੁਣ ਖਰਚੇ ਤਾਂ ਭਾਈ ਉਹਦੇ ਹਿਸਾਬ ਨਾਲ ਸੈੱਟ ਕਰਦੇ, ਘੱਟ ਹੁੰਦੇ ਨਹੀਂ ਜੋ ਮਰਜ਼ੀ ਕਰ ਲਓ, ਤਾਂ ਹੋ ਜਾਂਦੇ ਆ ਨਹੀਂ ਹੁੰਦੇ, ਪਰ ਆਰਸਿੰਗ ਸਿਸਟਮ ਇੱਦਾਂ ਦਾ ਇਹਦੇ ਵਿੱਚ ਰਿਟਾਇਰਮੈਂਟ ਹੈ ਹੀ ਨਹੀਂ, ਇਹ 'ਚ ਰਿਟਾਇਰਮੈਂਟ ਤਰੱਕੀ ਤਰੱਕੀ ਤਰੱਕੀ, ਕੰਮ ਕਰਨਾ ਬੰਦ ਕਰ ਦਿਓ ਤਾਂ ਵੀ ਤਰੱਕੀ ਤਰੱਕੀ, ਪਰ ਇੱਕ ਕੰਡੀਸ਼ਨ 'ਤੇ ਜਾ ਉਹ ਜੀ ਜਗ੍ਹਾ 'ਤੇ ਪਹੁੰਚ ਜਾਈਏ ਨਾ, ਉਹੀ ਅੱਜ ਜੁਆਇਨਿੰਗ ਪਾ ਦਈਏ ਕਦੇ ਤਰੱਕੀ ਆਈ ਕੰਮ ਤੋਂ, ਸਰਕਾਰੀ ਜੋਬ ਦੇ ਵਿੱਚ ਅਗਰ ਆਪਾਂ ਪੈਨਸ਼ਨ ਲੈਣੀ ਹੈ ਤਾਂ 15-20 ਸਾਲ ਉੱਥੇ ਕੰਮ ਕਰਨਾ ਪੈਂਦਾ, ਫਿਰ ਜਾ ਕੇ ਪੈਨਸ਼ਨ ਦੇ ਹੱਕਦਾਰ ਬਣਦੇ ਆ, ਪਰ ਆਰਸਿੰਗ ਦੇ ਵਿੱਚ ਟੈਕਨੀਕਲ ਲੈ ਲਓ ਉਸ ਤੋਂ ਬਾਅਦ ਤਰੱਕੀ ਕਰਕੇ, ਉਹ ਤੁਹਾਡੀ ਇੱਛਾ ਹੈ, 6 ਮਹੀਨਿਆਂ 'ਚ ਲੈ ਲਓ, 1 ਸਾਲ 'ਚ ਲੈ ਲਓ ਵੀ ਕੋਈ ਕੰਡੀਸ਼ਨ ਨਹੀਂ, ਹਾਂ 3 ਮਹੀਨੇ 'ਚ ਨਹੀਂ ਲਿਆ ਜਾ ਸਕਦਾ ਥੋੜ੍ਹੀ ਜਿਹੀ ਕੰਡੀਸ਼ਨ। ਤਾਂ ਮੈਂ ਵੀ ਟੈਕਨੀਕਲ ਕੁਆਲੀਫਾਈ ਔਰ ਅਗਰ ਟੋਟਲ ਇਨਕਮ ਦੀ ਗੱਲ ਕਰਾਂ ਤਾਂ ਲਗਭਗ 27 ਲੱਖ ਰੁਪਈਆ ਆਰਸਿੰਗ ਸਿਸਟਮ ਦਾ ਹੋਇਆ, ਇਹ 500 ਤੋਂ ਲੈ ਕੇ 27 ਲੱਖ ਦਾ ਸਫ਼ਰ ਜਿਹੜਾ ਹੈਗਾ ਕਿੱਦਾਂ ਤੈਅ ਹੋਇਆ, ਕਿੱਦਾਂ ਕਿੱਦਾਂ ਆਇਆ, ਇਹ ਸਾਰਿਆਂ ਦੀ ਕਹਾਣੀ ਇੱਕੋ ਜਿਹੀ ਆ ਔਰ ਸਾਰਿਆਂ ਦਾ ਮੈਥਡ ਇੱਕੋ ਜਿਹਾ ਹੀ ਆਉਂਦਾ, ਉਹ ਟੋਟਲ ਮੈਥਡ ਲੈ ਕੇ ਸਾਡੇ ਵਿੱਚ ਅੱਜ ਬਹੁਤ ਵਧੀਆ ਸ਼ਖਸ, ਵਧੀਆ ਪਰਸਨੈਲਿਟੀ, ਹਰ ਗੱਲ ਦੇ ਪੱਖੋਂ ਧਾਰਮਿਕ ਪੱਖੋਂ ਵੀ ਵਧੀਆ ਪਰਸਨੈਲਿਟੀ, ਆਰਸੀ ਵੱਲੋਂ ਵੀ ਵਧੀਆ ਪਰਸਨੈਲਿਟੀ, ਪੂਰੇ ਇੰਡੀਆ ਦੇ ਵਿੱਚ ਜਿਹਨਾਂ ਦਾ ਨਾਂ ਆ ਉਹ ਸਾਡੇ ਕੋਲ ਪਹੁੰਚਿਆ, ਏਜ ਵਿੱਚ ਹੋ ਸਕਦਾ ਸਾਡੇ ਨਾਲੋਂ ਕਈਆਂ ਤੋਂ ਛੋਟੇ ਹੋਣ, ਕਈਆਂ ਤੋਂ ਵੱਡੇ ਹੋਣ, ਪਰ ਆਰਸਿੰਗ ਦਾ ਤਜਰਬਾ ਉਹਨਾਂ ਦਾ ਸਾਡੇ ਨਾਲੋਂ ਜ਼ਿਆਦਾ, ਹੁਣ ਤਜਰਬੇ ਤੋਂ ਸਿੱਖਿਆ ਜਾਂਦਾ ਯੈਸ, ਤਾਂ ਆਰਸਿੰਗ ਦਾ ਤਜਰਬਾ ਉਹਨਾਂ ਦਾ ਸਾਡੇ ਸਾਰਿਆਂ ਨਾਲੋਂ ਜ਼ਿਆਦਾ ਆ, ਅੱਜ ਉਹਨਾਂ ਦੇ ਤਜਰਬੇ ਤੋਂ ਆਪਾਂ ਇਹ ਸਿੱਖਣਾ ਵੀ ਕਾਮਯਾਬੀ ਕਿੱਦਾਂ ਲਈ ਜਾ ਸਕਦੀ ਹੈ, ਤਿਆਰ ਹੋ ਜੀ ਯੈਸ, ਇੰਨੀ ਕੁ ਜਸਤੇ ਨਹੀਂ ਆਉਣਾ, ਇੰਨੀ ਕੁ ਜਸਤੇ ਤਾਂ ਕੰਮ ਹੋ ਗਿਆ, ਫਿਰ ਥੋੜ੍ਹਾ ਜਿਹਾ ਖੁੱਲ ਲਈਏ, ਹੁਣ ਤੱਕ ਤਾਂ ਥੋੜ੍ਹੀਆਂ ਠੰਡ ਹਜੇ ਵੀ ਲੱਗਦੀ ਹੈ, ਲਵਾਈਏ ਤਾੜੀਆਂ ਫਿਰ, ਚਲੋ ਇੱਕ ਵਾਰ ਜੋੜਦਾ ਤਾੜੀ, ਉਹਨਾਂ ਨੇ ਉਸ ਸਟੈਪ 'ਤੇ ਪੈਰ ਰੱਖਿਆ, ਉਹਨਾਂ ਦੀ ਸੈਲੀਬ੍ਰੇਸ਼ਨ ਮੈਂ ਪਹਿਲਾਂ ਕਰ ਲੱਗਿਆ, ਮੈਂ ਕਿਹਾ ਪਹਿਲਾਂ ਤੋਂ
ਜਿਹੜੇ ਸਾਡਾ ਸਟੈਪ ਉਹ ਸਹੀ ਨੇ, ਉਹਨਾਂ ਦੀ ਸੈਲੀਬ੍ਰੇਟ ਹੋ ਗਏ ਜਿਹਨਾਂ ਨੇ ਉਸ ਸਟੈਪ ਦੇ ਉੱਤੇ ਕਦਮ ਰੱਖ ਦਿੱਤਾ ਹੈ। ਦੇਖੋ ਜਿਹੜੇ ਪਹਿਲੇ ਰੱਖ ਦਿੱਤਾ ਇਹਦਾ ਮਤਲਬ ਬਹੁਤ ਦੂਰ ਤੱਕ ਜਾਣਗੇ, ਤਾਂ ਉਹਨਾਂ ਦੀ ਸੈਲੀਬ੍ਰੇਸ਼ਨ ਵੀ ਆਪਣੀ ਹੋਣੀ ਆ ਸਰ। ਉਹਨਾਂ ਦੀ ਆਪਾਂ ਪੂਰੀ ਉਹ ਮੈਥਡ ਲੈਣਗੇ, ਤਾਂ ਤੁਹਾਡੀਆਂ ਯੋਗਦਾਨ ਤਾੜੀਆਂ ਦੇ ਵਿੱਚ ਆਪਾਂ ਉਹ ਮੈਥਡ ਲੈਣਗੇ ਵੀ ਜਿਹਦੇ ਨਾਲ ਕਾਮਯਾਬੀ ਨੂੰ ਜਾਣਿਆ ਜਾ ਸਕਦਾ। ਤਾਂ ਯੋਗਦਾਨ ਤਾੜੀਆਂ ਦੇ ਵਿੱਚ ਯੋਗਦਾਨ ਤਾੜੀਆਂ ਦੇ ਵਿੱਚ